ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਭਗਵੰਤ ਮਾਨ। ਪੰਜਾਬ ਦੇ ਵਿੱਚ ਚੋਣਾਂ ਦਾ ਮਾਹੌਲ ਹੈ, ਪਰ ਹਰ ਰੋਜ਼ ਜਿਸ ਤਰ੍ਹਾਂ ਦੀਆਂ ਘਟਨਾਵਾਂ ਹੋ ਰਹੀਆਂ ਨੇ ਉਹ ਸਾਡੀ ਭਾਈਚਾਰਕ ਸਾਂਝ ਨੂੰ ਤੋੜਨ ਦੀ ਇੱਕ ਗਹਿਰੀ ਸਾਜ਼ਿਸ਼ ਲੱਗ ਰਹੀ ਹੈ। ਕਦੇ ਬੇਅਦਬੀਆਂ, ਕਦੇ ਲੁਧਿਆਣੇ ਦੇ ਵਿੱਚ ਬੰਬ ਬਲਾਸਟ, ਇਹ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਇੱਕ ਗਹਿਰੀ ਸਾਜ਼ਿਸ਼ ਹੈ। ਜਾਂਚ ਹੋਣੀ ਚਾਹੀਦੀ ਹੈ ਕੌਣ ਮਾਸਟਰ ਮਾਈਂਡ ਨੇ। ਪਰ ਪੰਜਾਬ ਦੇ ਲੋਕ ਜਿਹੜੇ ਨੇ ਉਹ ਭਾਈਚਾਰਕ ਸਾਂਝ ਜਾਂ ਸੋਸ਼ਲ ਬੌਂਡਿੰਗ ਜਿਹੜੀ ਹੈ ਉਹ ਤੋੜਨ ਨਹੀਂ ਦਿੰਦੇ, ਉਹ ਟੁੱਟਣ ਨਹੀਂ ਦਿੰਦੇ। ਸੋ ਲੁਧਿਆਣੇ ਦੇ ਬੰਬ ਬਲਾਸਟ ਦਾ ਸਖ਼ਤ ਸ਼ਬਦਾਂ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਵਿਰੋਧ ਕਰਦਿਆਂ, ਨਿੰਦਣਯੋਗ ਹੈ, ਜਿਨ੍ਹਾਂ ਦੀ ਮੌਤ ਹੋਈ ਹੈ ਉਹਨਾਂ ਦੇ ਪਰਿਵਾਰਾਂ ਨਾਲ ਹਮਦਰਦੀ, ਅਤੇ ਜਿਹੜੇ ਜ਼ਖਮੀ ਹੋਏ ਨੇ ਉਹਨਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ, ਅਤੇ ਨਾਲ ਨਾਲ ਪੰਜਾਬੀਆਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਕਿ ਆਪਾਂ ਭਾਈਚਾਰਕ ਸਾਂਝ ਕਾਇਮ ਰੱਖਣੀ ਹੈ। ਇਹ ਜਿਹੜੇ ਤੱਤ ਨੇ, ਜਿਹੜੇ ਇਲੈਕਸ਼ਨਾਂ ਤੋਂ ਪਹਿਲਾਂ ਇਹੋ ਜਿਹਾ ਮਾਹੌਲ ਕ੍ਰੀਏਟ ਕਰਦੇ ਨੇ, ਉਹਨਾਂ ਨੂੰ ਆਪਾਂ ਮੂੰਹ ਤੋੜ ਜਵਾਬ ਦੇਣਾ। ਪੰਜਾਬ ਕੇ ਮਾਹੌਲ ਕੋ ਬਿਗਾੜ ਦੇਣੇ ਕੀ ਕੋਸ਼ਿਸ਼ੇ ਲਗਾਤਾਰ ਕੁਛ ਲੋਕ ਕਰ ਰਹੇ ਹਨ। ਆਨੇ ਵਾਲੇ ਇਲੈਕਸ਼ਨਸ ਕੋ ਦੇਖ ਲਗਤਾ ਹੈ ਕਿ ਪੰਜਾਬ ਮੇਂ ਸ਼ਾਂਤੀ ਭੰਗ ਕਰਨੇ ਕੀ ਕੋਸ਼ਿਸ਼ੇ ਕੀ ਜਾ ਰਹੀ। ਪਹਿਲੇ ਬੇਅਦਬੀ, ਅਬ ਲੁਧਿਆਣਾ ਕੋਰਟ ਕੰਪਲੈਕਸ ਮੇਂ ਬੰਬ ਬਲਾਸਟ, ਜਿਸ ਮੇਂ ਕੁਛ ਲੋਕੋ ਕੀ ਜਾਨੇ ਤੱਕ ਚਲੀ ਗਈ। ਇਹ ਸਾਰੀ ਇੱਕ ਕੰਸਪਿਰੇਸੀ ਕੇ ਤਹਿਤ, ਇੱਕ ਸਾਜ਼ਿਸ਼ ਕੇ ਤਹਿਤ ਪੰਜਾਬ ਕੇ ਮਾਹੌਲ ਕੋ ਬਿਗਾੜਨੇ ਕੀ ਕੋਸ਼ਿਸ਼ ਕਰੀ ਜਾ ਰਹੀ। ਹਮ ਉਨ ਐਂਟੀ ਸੋਸ਼ਲ ਲੋਗੋ ਸੇ, ਉਨ ਤਾਕਤੋਂ ਸੇ ਜੋ ਪੰਜਾਬ ਮੇਂ ਸ਼ਾਂਤੀ ਭੰਗ ਕਰਨਾ ਚਾਹਤੀ ਹੈ, ਪੰਜਾਬ ਕਾ ਮਾਹੌਲ ਖਰਾਬ ਕਰਨਾ ਚਾਹਤੀ ਹੈ, ਉਨ੍ਹੇ ਕਹਿਣਾ ਚਾਹਤੇ ਹੈ ਕਿ ਪੰਜਾਬ ਕੇ ਲੋਕ ਸ਼ਾਂਤੀ ਪਸੰਦ ਲੋਕ, ਪੰਜਾਬ ਕੇ ਲੋਕ ਇੱਕ ਦੂਸਰੇ ਕਾ ਹੱਥ ਪਕੜ ਕੇ ਹਮੇਸ਼ਾ ਭਾਈਚਾਰਾ, ਪਿਆਰ, ਅਮਨ, ਸ਼ਾਂਤੀ ਬਣਾਏ ਰੱਖੇਂਗੇ। ਆਪ ਹਮਾਰੇ ਪੰਜਾਬ ਕਾ ਮਾਹੌਲ ਬਿਗਾੜਨੇ ਕੀ ਕੋਸ਼ਿਸ਼ ਮਤ ਕਰੋ। ਔਰ ਕਹੀਂ ਨਾ ਕਹੀਂ ਇਹ ਸਾਰੀ ਵਾਰਦਾਤੇ ਇਹ ਵੀ ਦਿਖਾਤੀ ਹੈ ਕਿ ਚੰਨੀ ਸਰਕਾਰ ਲਾਅ ਐਂਡ ਆਰਡਰ ਕੇ ਮਾਮਲੇ ਮੇਂ, ਕਾਨੂੰਨ ਵਿਵਸਥਾ ਬਣਾਏ ਰੱਖਣੇ ਕੇ ਮਾਮਲੇ ਮੇਂ ਪੂਰੀ ਤਰੀਕੇ ਸੇ ਫੇਲ ਹੋ ਗਈ। ਇਹ ਚੰਨੀ ਸਰਕਾਰ ਕੀ ਨਾਕਾਮੀ, ਉਨਕੀ ਇਨਕੋਂਪੀਟੈਂਸ ਵੀ ਦਿਖਾਤਾ ਹੈ। ਹਮ ਪੰਜਾਬ ਪੁਲਿਸ ਕੋ ਕਹਤੇ ਹੈ ਕਿ ਜਲਦ ਸੇ ਜਲਦ ਇਸ ਪੂਰੀ ਵਾਰਦਾਤ ਕਾ ਆਪ ਇਨਵੈਸਟੀਗੇਸ਼ਨਸ ਕਰੇ, ਇਨਵੈਸਟੀਗੇਸ਼ਨ ਕਰਕੇ ਇਸ ਸਾਰੀ ਵਾਰਦਾਤ ਕੇ ਪਿੱਛੇ ਜੋ ਲੋਕ ਹੈ, ਜੋ ਅਸਲੀ ਗੁਨੇਗਾਰ ਹੈ, ਉਨ੍ਹੇ ਪਕੜ ਕੇ ਜੇਲ ਕੀ ਸਲਾਖੋਂ ਕੇ ਪਿੱਛੇ ਡਾਲੇ।